ਤਲੇ ਹੋਣ ਵਾਲੀ ਕਰਸੇ ਨਾੜੀ ਆਦਮੀ ਜਿੱਥੇ ਗੱਡੀਆਂ ਠੰਡੀਆਂ ਕਰਦੇ ਹੈ ਰੋਡ ਬੰਦ ਕੀਤਾ ਠਾਕਾ ਲੱਗਾ ਪਹਿਲੇ ਉਰਦੂ ਵਿੱਚ ਗੱਲ ਕਹਿ ਰਿਹਾ ਸੀ ਥੋੜ੍ਹੀ ਦੇਰ ਉਹ ਨਾਲ ਲੜਕਾ ਸੀ ਦੂਸਰਾ ਨਾ ਉਹਨੂੰ ਕਹਿੰਦਾ ਯਾਰ ਸਿਲੰਡਰ ਹੀ ਕੱਢ ਕੇ ਲਿਆ ਕਵਾ ਹੀ ਬਣਾ ਲਈ ਸਰ ਮੈਂ ਬੋਲਿਆ ਜਿਸ ਟਾਈਮ ਮੈਂ ਕਿੱਥੇ ਤੇ ਹਜੇ ਅਸੀਂ ਹਰੀਪਰੇ ਦੇ ਹਾਂ ਛੋੜੋ ਕਦੇ ਜਾਓਗੇ ਇੱਕ ਲੋ ਫਿਰ ਹੁਣ ਬਸ ਮੈਂ ਇਹ ਹੁਣ ਛੋਟਾ ਮਟੀਰੀਅਲ ਇਕੱਠਾ ਕੀਤਾ ਨਾ ਹੁਣ ਥੱਲੇ ਸੁੱਟਣਾ ਯਾਰ ਸਾਰਾ ਭਰਾ ਸਨ ਆਇਆ ਨਵਾਂ ਇਹ ਵੀ ਆ ਗਿਆ ਪਿਛਲੇ ਚਾਨਾ ਵਿੱਚ ਇੱਥੇ ਵੀ ਨਾਲ ਫਰੋਕ ਪਿਆ ਨਾ ਬਿਲਕੁਲ ਠੀਕ ਆ ਸਰ ਬਿਲਕੁਲ ਇਹੀ ਗੱਲ ਬਿਲਕੁਲ ਬਾਈ ਆ ਨਹੀਂ ਗੱਲ ਬਾਹਰ ਪਿੱਛੇ ਪਿਛਲੀ ਸਾਈਡ ਦੇ ਸਾਈਡ ਦਾ ਕੀ ਆ ਬਾਜੀ ਨੇ ਇਤਨਾ ਭੁੱਖਨਾਕ ਸੱਦਣਾ ਇੱਥੇ ਉਹ ਲੋਕ ਰਾਤੋਂ ਰਾਤ ਨੱਸ ਕੇ ਕੋਈ ਡੋਲ ਨਾ ਸੀ ਸਤਰਕਮਾ ਟੁਰ ਗਏ ਤੇ ਕੋਈ ਦਿੱਕਤ ਨਹੀਂ ਕਰੀ ਉਹ ਤੋਂ ਪੱਥਰ ਆਉਂਦੇ ਸਨ ਸਮਝ ਨਹੀਂ ਚੱਲਦੀ ਕਿਹੜੇ ਸਾਈਡ ਤੋਂ ਪੱਥਰ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਇੰਨਾ ਦੌਰ ਦੌਰ ਦੇ ਪੱਥਰ ਆ ਰਹੇ ਸੀ ਤਲੇ ਹੋਣ ਵਾਲੀ ਕਰਸੇ ਪੈਰ ਲੁਕਾਇਆ Thank you.
ਬਚਪਨ ਨੂੰ ਨਸ਼ਾ ਤਾਂ ਨਾ ਜਾਣੇ ਯਾਰ, ਕਿਤੇ ਨਹੀਂ ਹੈਗੇ। ਚੜਾਈ ਆ ਗਈ, ਚੜਾਈ ਆ ਗਈ, ਮੁੜੋ ਆਲੂ ਦੇਖਣੇ, ਸੋਚ ਜੀ ਹੋ ਕੇ ਕਮੇ ਨਹੀਂ ਸੋਚ। ਤਰਬੇਲੇ ਵਾਲੀ ਜ਼ਰੀ ਜ਼ਰੀ ਨਵਾਰ ਆਈ ਸੀ ਬਿਲਕੁਲ, ਕੋਈ ਸ਼ੱਕ ਹੀ ਨਹੀਂ। ਸਾਰਾ ਜ਼ਮਾਨਾ ਮਕਾਨ ਪਿਓ ਚਾੜ ਗਈ, ਨਾਮ ਤੋਂ ਕਾਰੀ ਦੀ ਲੈਟਰੀਨ ਵੀ ਨਹੀਂ ਠੀਕ ਆ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਸੋਹਣੀ ਵੀਡੀਓ ਸਾਹਿਬ। ਜਾਨ ਦੇਖੋ ਇਹਨਾਂ ਪਹਾੜਾਂ ਦੇ ਦਰਮਿਆਨ ਦੇ ਨਜ਼ਰ ਫੁੱਕੀ ਹੈ। ਚੂਰਾ ਜੀ